ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ ਪੰਜਾਬੀ ਫਿਲਮਾਂ ਦੇ ਵਿੱਚ ਕਾਮੇਡੀ ਕਰਕੇ ਤੇ ਕਦੇ ਹੋਰ ਕਿਰਦਾਰਾਂ ਦੇ ਨਾਲ ਤੇ ਕਦੇ ਆਪਣੀ ਗਾਇਕੀ ਦੇ ਨਾਲ ਸਭ ਨੂੰ ਐਂਟਰਟੇਨ ਕਰਨ ਵਾਲੀ ਸੁੱਖੀ ਪਵਾਰ ਉਰਫ ਮੰਨਤ ਸਿੰਘ ਅੱਜ ਕੱਲ੍ਹ ਲੌਕਡਾਊਨ ਦਾ ਟਾਈਮ ਆਪਣੇ ਪਿੰਡ ਦੇ ਵਿੱਚ ਹੀ ਬਿਤਾ ਰਹੀ ਹੈ ਤੇ ਉਹਨਾਂ ਨੇ ਆਪਣੇ ਖਾਸ ਪਲ ਸਾਡੇ ਨਾਲ ਸਾਂਝੇ ਕੀਤੇ ਤਾਂ ਚਲੋ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਪੂਰੇ ਦਿਨ ਦੇ ਵਿੱਚ ਮੈਡਮ ਕੀ ਕੁਝ ਕਰਦੀ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਮੈਂ ਮੰਨਤ ਸਿੰਘ ਅਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੇਰਾ ਪੂਰਾ ਦਿਨ ਕਿੱਦਾਂ ਬੀਤਦਾ ਹੈ। ਮੈਂ ਐਕਚੁਲੀ ਨਾ ਬੋਂਬੇ ਤੋਂ ਆਈ ਸੀ ਚੰਡੀਗੜ੍ਹ ਸ਼ੂਟ ਲਈ ਅਤੇ 12-13 ਦਿਨ ਸ਼ੂਟ ਕੀਤੀ। ਫਿਰ ਕਹਿੰਦੇ ਕਿ 1 ਮਾਰਚ ਨੂੰ ਮੈਂ ਆਈ ਸੀ ਅਤੇ ਫਿਰ ਕਹਿੰਦੇ ਕਿ 10 ਦਿਨ ਦਾ ਬ੍ਰੇਕ ਆ ਅਤੇ ਮੈਨੂੰ ਲੱਗਾ 10 ਦਿਨ ਫਿਰ ਵਾਪਸ ਕਿਉਂ ਜਾਣਾ। ਮੈਂ ਆਪਣੇ ਮੰਮੀ ਡੈਡੀ ਕੋਲ ਆ ਗਈ ਪਿੰਡ 'ਚ ਅਤੇ ਮੈਂ ਕਿਹਾ 10 ਦਿਨ ਬਾਅਦ ਸ਼ੂਟ ਕਰ ਲਾਂਗੇ। ਅਤੇ ਮੈਂ 18 ਮਾਰਚ 'ਤੇ ਆਈ ਹੋਈ ਹਾਂ ਇੱਥੇ ਪਿੰਡ 'ਚ ਅਤੇ ਇੰਨੇ ਦਿਨ ਹੋ ਗਏ ਮੈਨੂੰ ਰਹਿੰਦਿਆਂ। ਮੈਂ ਕੱਤੀ ਆਪਣੇ ਪਿੰਡ ਨਹੀਂ ਰਹੀ, ਕੱਤੀ ਆਪਣੇ ਪਿੰਡ ਨਹੀਂ ਰਹੀ। ਕਦੀ ਆਉਣੀ ਇੱਕ ਅੱਧਾ ਘੰਟਾ ਰੁਕੀ, ਸਤਿ ਸ਼੍ਰੀ ਅਕਾਲ ਚਾਹ ਪੀਤੀ ਚਲੇ ਗਏ। ਲੇਕਿਨ ਫਸਟ ਟਾਈਮ ਮੈਂ ਇੰਨਾ ਦਿਨ ਬਿਤਾਏ ਪਿੰਡ ਦੇ ਵਿੱਚ। ਵੈਸੇ ਮੈਨੂੰ ਬਹੁਤ ਮਜ਼ਾ ਆ ਰਿਹਾ ਕਿਉਂਕਿ ਬੜੀ ਸ਼ਾਂਤ ਜਿਹੀ ਲਾਈਫ ਹੈ ਇੱਥੇ, ਕੋਈ ਭੱਜ ਦੌੜ ਨਹੀਂ। ਵੈਸੇ ਵੀ ਕਰੋਨਾ ਕਰਕੇ ਵੈਸੇ ਵੀ ਸਭ ਕੁਛ ਬੰਦ ਹੀ ਹੋਇਆ, ਪਰ ਮੰਮੀ ਪਾਪਾ ਦੱਸਦੇ ਕਿ ਸਾਡੀ ਲਾਈਫ ਨੂੰ ਕੋਈ ਇੱਦਾਂ ਜ਼ਿਆਦਾ ਫਰਕ ਨਹੀਂ ਪਿਆ। ਸਾਡੀ ਲਾਈਫ ਸ਼ੁਰੂ ਤੋਂ ਹੀ ਇੱਦਾਂ ਹੀ ਹੈ ਕਿਉਂਕਿ ਸੀ ਜ਼ਿਆਦਾ ਭੱਜ ਦੌੜ ਹੈ ਨਹੀਂ ਪਿੰਡਾਂ ਦੇ ਵਿੱਚ। ਹਾਂ, ਜਦੋਂ ਕਣਕਾਂ ਵਗੈਰਾ ਕੱਢਣੀਆਂ ਜਾਂ ਉਹਨਾਂ ਨੂੰ ਖੇਤਾਂ 'ਚ ਪਾਣੀ ਲਾਉਣਾ ਉਦੋਂ ਆਰਾਮ ਨਾਲ ਲਗਾ ਦਿੰਦੇ ਆ, ਉੱਦਾਂ ਜ਼ਿਆਦਾ ਭੱਜ ਦੌੜ ਨਹੀਂ ਹੈਗੀ। ਜਿਹੜੀ ਵੱਡੀ ਗੱਲ ਜਿਹੜਾ ਮੇਰੇ 'ਚ ਸ਼ਾਇਦ ਹੁਣ ਜਾ ਕੇ ਅੱਗੇ ਚੇਂਜ ਆਊਗਾ ਕਿਉਂਕਿ ਮੈਂ ਬੋਂਬੇ 'ਚ ਰਹਿੰਦੀ ਹਾਂ ਅਤੇ ਬੋਂਬੇ ਦੀ ਲਾਈਫ ਅਤੇ ਭੱਜ ਦੌੜ ਵਾਲੀ, ਉੱਪਰੋਂ ਰਾਤ ਨੂੰ ਲੇਟ ਸੌਣ ਦੀ ਆਦਤ ਹੈ। ਸਪੈਸ਼ਲੀ ਮੈਂ ਰਾਤ ਦੇ 12 ਵਜੇ ਤੱਕ ਜਾਗੂੰਗੀ, 12 ਤੋਂ 2 ਜਾਂ 1:30 ਵਜੇ ਤੱਕ ਪਾਠ ਕੀਤਾ ਫਿਰ ਸੌਂਗੀ ਤਾਂ ਕਿ ਮੈਨੂੰ ਸਵੇਰੇ ਜਲਦੀ ਨਾ ਉੱਠਣਾ ਪਵੇ। ਪਰ ਇੱਥੇ ਦੀ ਲਾਈਫ ਇੰਨੀ ਵਧੀਆ ਆ, ਮੰਮੀ ਡੈਡੀ ਤਾਂ 9:30 ਵਜੇ ਸੌਂ ਜਾਂਦੇ ਆ ਅਤੇ ਫਿਰ ਮੈਨੂੰ ਵੀ ਸ਼ਰਮ ਦੇ ਨਾਲ ਸੌਣਾ ਪੈਂਦਾ ਅਤੇ ਪਰ ਮੰਮੀ ਪਾਪਾ ਸਵੇਰੇ 3 ਵਜੇ ਉੱਠ ਜਾਂਦੇ ਆ ਅਤੇ ਹੁਣ ਮੈਨੂੰ ਵੀ ਆਦਤ ਪੈ ਗਈ ਆ ਕਿ ਮੈਂ ਰਾਤੀ ਜਲਦੀ ਸੌਂਦੀ ਹਾਂ, ਸਵੇਰੇ ਜਲਦੀ ਉੱਠਦੀ। ਅਤੇ ਹੁਣ ਮੈਂ ਸੋਚਦੀ ਹਾਂ ਕਿ ਕਹਿੰਦੇ ਨਾ ਇੱਕ ਆਦਤ ਜੇ ਤੁਸੀਂ ਇੰਨੇ ਟਾਈਮ ਕਰ ਲਓ, 21 ਦਿਨ ਕਰ ਲਓ ਅਤੇ ਉਹ ਆਦਤ ਤੁਹਾਡੀ ਹਮੇਸ਼ਾ ਬਣ ਜਾਂਦੀ ਆ। ਅਤੇ ਮੈਨੂੰ ਲੱਗਦਾ ਕਿ ਜੇ ਇਹ ਵਾਲੀ ਆਦਤ ਮੇਰੀ ਬਣ ਜਾਵੇ ਬੋਂਬੇ 'ਚ ਵੀ ਕਿ ਮੈਂ ਜਲਦੀ ਸੌਵਾਂ ਅਤੇ ਜਲਦੀ ਉੱਠਾਂ ਅਤੇ ਦੁਪਹਿਰ ਨੂੰ ਵੀ ਇਹ ਸੌਂਦੇ, ਮੈਨੂੰ ਦੁਪਹਿਰ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਮੈਂ ਤਾਂ 12 ਵਜੇ ਉੱਠਦੀ ਹਾਂ ਜਾਂ 11 ਵਜੇ ਉੱਠਦੀ ਹਾਂ ਅਤੇ ਫਿਰ ਜਿਮ ਚਲੇ ਗਏ, ਯੋਗਾ ਕਰ ਲਿਆ, ਇਹ ਆਡੀਸ਼ਨ ਉਹ ਆਡੀਸ਼ਨ, ਕੋਈ ਸ਼ੂਟ ਹੈ ਤਾਂ ਸ਼ੂਟ ਕਰ ਲਿਆ। ਪਰ ਇੱਥੇ ਹੁਣ ਇਹ ਆ ਕਿ ਸਵੇਰੇ ਜਲਦੀ ਉੱਠੋ, ਸਵੇਰ ਦੀ ਇੱਕ ਰੂਟੀਨ ਹੈ, ਸਵੇਰੇ 7 ਵਜੇ 8 ਵਜੇ ਖਾਣਾ ਬਣ ਜਾਂਦਾ ਅਤੇ ਨਾਸ਼ਤਾ ਕਰੋ, ਚਾਹ ਪੀਓ, ਫਿਰ 12 ਵਜਦੇ ਨੂੰ ਇਹਨਾਂ ਦੇ ਸਾਰੇ ਦੂਸ ਲੰਚ ਕਰ ਲਿਆ, ਲੰਚ ਕਰਕੇ ਸੌ ਗਏ, ਫਿਰ 4-5 ਵਜੇ ਉੱਠੇ, 5 ਵਜੇ ਚਾਹ ਪੀਤੀ, ਫਿਰ ਥੋੜ੍ਹਾ ਸੈਰ ਵਗੈਰਾ ਕਰ ਲਈ। ਹੁਣ ਮੇਰੀ ਉਹੀ ਆਦਤ ਬਣ ਗਈ ਹੈ ਅਤੇ ਮੈਂ ਚਾਹੁੰਦੀ ਕਿ ਇਹੀ ਆਦਤ ਮੇਰੀ ਬਣੀ ਰਹੇ ਅੱਗੇ ਵੀ। ਹੋਪ ਫੋਰ ਦਾ ਬੈਸਟ। ਕਰੋਨਾ ਨਾ ਕਹਿੰਦੇ ਨਾ ਕਿ ਕਰੋਨਾ ਨੇ ਬੜੀ ਤਬਾਹੀ ਮਚਾਈ ਆ, ਪਰ ਐਕਚੁਅਲੀ 'ਚ ਨਾ ਸਾਨੂੰ ਕਰੋਨਾ ਨੇ ਆਪਣੀਆਂ ਰੂਟਸ ਦੇ ਨਾਲ ਜੋੜ ਦਿੱਤਾ ਹੈ। ਹੁਣ ਮੈਨੂੰ ਇੱਦਾਂ ਲੱਗ ਰਿਹਾ ਕਿ ਸ਼ਾਇਦ ਮੈਂ ਸ਼ੁਰੂ ਤੋਂ ਪਿੰਡ 'ਚ ਹੀ ਰਹਿੰਦੀ ਸੀ ਕਿ ਮੈਂ ਬੋਂਬੇ ਕਦੀ ਗਈ ਨਹੀਂ, ਅਤੇ ਸ਼ਾਇਦ ਮੈਨੂੰ ਮਤਲਬ ਮੈਂ ਕੀ ਹੁਣ ਮੈਂ ਜਦੋਂ ਬੋਂਬੇ ਜਾਊਂਗੀ ਤਾਂ ਮੈਨੂੰ ਕਿੱਦਾਂ ਦਾ ਫੀਲ ਹੋਊਗਾ ਜਾਂ ਮੈਂ ਕਿੱਦਾਂ ਮਹਿਸੂਸ ਕਰੂੰ, ਇਹ ਤੋਂ ਬਾਅਦ ਦੀ ਗੱਲ ਆ, ਬਟ ਹੁਣ ਮੈਨੂੰ ਕਾਫੀ ਮਜ਼ਾ ਆ ਰਿਹਾ। ਮੇਰੀ ਮੰਮੀ ਨੇ ਨਾ ਛੋਟੀ ਜਿਹੀ ਬਗੀਚੀ ਬਣਾਈ ਆ ਘਰ ਦੇ ਵਿੱਚ ਅਤੇ ਮੇਰੀ ਮੰਮੀ ਹਮੇਸ਼ਾ ਨਾ ਉਹਨੂੰ ਦੇਖਭਾਲ ਕਰਦੇ ਰਹਿੰਦੇ, ਉਹਨਾਂ 'ਚੋਂ ਉਹਨੂੰ ਗੁੱਡਦੇ ਰਹਿੰਦੇ ਆ, ਮਤਲਬ ਕਾਫੀ ਕੁਛ ਲਗਾਇਆ, ਛੋਟੇ ਛੋਟੇ ਫੁੱਲ ਪੇੜ ਪੌਦੇ ਛੋਟੇ ਛੋਟੇ ਲਗਾਏ ਹੋਏ ਆ ਅਤੇ ਮੰਮੀ ਹਰ ਰੋਜ਼ ਸ਼ਾਮ ਨੂੰ ਜਾਂ ਸਵੇਰੇ ਸਵੇਰੇ ਵੀ ਉਹਨਾਂ ਦੀ ਗੋਡੀ ਕਰਨ ਲੱਗੇ ਹੁੰਦੇ ਆ, ਉਹਨਾਂ ਦੀ ਦੇਖਭਾਲ ਕਰਦੇ, ਉਹਨਾਂ ਨੂੰ ਪਾਣੀ ਪਾਉਂਦੇ ਆ ਅਤੇ ਕਦੀ ਕਦੀ ਮੈਨੂੰ ਕਹਿ ਦਿੰਦੇ ਆ ਚੱਲ ਤੂੰ ਵੀ ਪਾਣੀ ਪਾ ਦੇ, ਫਲਾਂ ਆ ਗਮਲੇ 'ਚ ਪਾਣੀ ਪਾਈ ਆ, ਇੱਧਰ ਪਾਣੀ ਲਾ ਦੇ ਅਤੇ ਟੈਂਕੀ ਚਲਾ ਕੇ ਅਤੇ ਮੋਟਰ ਚਲਾ ਕੇ ਲਗਾ ਦਿੰਦੇ ਆ। ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ,
ਆ ਦੇਖੋ ਸਾਡੇ ਘਰ ਸੇਬ ਦਾ ਬੂਟਾ ਲੱਗਾ, ਕਹਿੰਦੇ ਨਾ ਕਸ਼ਮੀਰ 'ਚ ਹੁੰਦੇ ਆ ਸੇਬ, ਸਾਡੇ ਘਰ ਵੀ ਬੂਟਾ ਲੱਗਾ, ਹੁਣ ਪਤਾ ਨਹੀਂ ਸੇਬ ਕਦੋਂ ਲੱਗੂਗੇ। ਇਹ ਤਾਂ ਜਦੋਂ ਲੱਗੂਗੇ ਫਿਰ ਦੱਸੂੰਗੀ ਕਿ ਸੇਬ ਲੱਗ ਗਏ ਸੀ। ਆਂਬਾਂ ਦਾ ਦਰੱਖਤ ਲਗਾਇਆ, ਗੁਲਾਬ ਦੇ ਫੁੱਲ ਸਾਰੇ, ਪਤਾ ਨਹੀਂ ਕਿਹੜੇ ਕਿਹੜੇ ਪੌਦੇ ਆ, ਥੋੜ੍ਹੀਆਂ ਸਬਜ਼ੀਆਂ ਲਗਾਈਆਂ ਹੋਈਆਂ, ਮਤਲਬ ਜੋ ਵੀ ਮੰਮੀ ਨੂੰ ਰਸਤੇ 'ਚ ਮਿਲਦਾ ਕੋਈ ਪੌਦਾ, ਕੋਈ ਕਿਤੇ ਵੀ ਆ ਗਲਗਲਾਂ ਲੱਗੀਆਂ ਹੋਈਆਂ। ਉਦੋਂ ਵੈਸੇ ਨਾ ਕੁਦਰਤ ਬਹੁਤ ਹੀ ਪਿਆਰੀ ਆ, ਵੇਲਾਂ। ਆਹ ਸਾਡਾ ਪਹਿਲੋਂ ਪੁਰਾਣਾ ਮਕਾਨ ਸੀ, ਹੁਣ ਇਹ ਮਕਾਨ ਇੱਦਾਂ ਹੀ ਆ, ਅਤੇ ਹੁਣ ਨਵਾਂ ਮਕਾਨ ਬਣਾ ਲਿਆ ਇੱਧਰ ਡੈਡੀ ਹੁਣਾਂ ਨੇ। ਪਾਠ ਮੈਂ ਜ਼ਰੂਰ ਕਰਦੀ ਹਾਂ, ਚਾਹੇ ਮੈਂ ਇੱਥੇ ਹੋਵਾਂ, ਚਾਹੇ ਮੈਂ ਬੋਂਬੇ ਹੋਵਾਂ, ਮੈਂ ਕਿਤੇ ਵੀ ਹੋਵਾਂ, ਮੈਂ ਪਾਠ ਜ਼ਰੂਰ ਕਰਦੀ, ਕਿਉਂਕਿ ਐਕਚੁਅਲੀ 'ਚ ਮੇਰੀ ਰੂਹ ਦੀ ਖੁਰਾਕ ਆ ਪਾਠ। ਮੈਂ ਤੜਕੇ ਉੱਠ ਕੇ ਪਾਠ ਕਰਦੀ ਹਾਂ, ਔਰ ਦਿਨ 'ਚ ਕਦੀ ਵੀ ਮੈਨੂੰ ਟਾਈਮ ਮਿਲੇ ਮੈਂ ਜ਼ਰੂਰ ਪਾਠ ਕਰਦੀ ਹਾਂ, ਰਾਤ ਨੂੰ ਵੀ ਮੈਂ ਤਕਰੀਬਨ ਪਾਠ ਕਰਦੀ ਹਾਂ। ਕਦੀ ਹੋਵੇ ਕਿ ਮੈਂ ਸ਼ੂਟ 'ਤੇ ਮੈਂ ਨਹੀਂ ਕਰ ਸਕੀ, ਪਰ ਮੈਂ ਹਮੇਸ਼ਾ ਸ਼ੂਟ ਤੋਂ ਵਾਪਿਸ ਆ ਕੇ ਆਪਣੇ ਰੂਮ ਦੇ ਵਿੱਚ ਜ਼ਰੂਰ ਪਾਠ ਕਰੂੰਗੀ। ਔਰ ਜਿਵੇਂ ਕੋ ਸ਼ੂਟਿੰਗ ਦੇ ਦੌਰਾਨ ਕਦੀ ਤੜਕੇ ਨਹੀਂ ਉੱਠਿਆ ਜਾਂਦਾ, ਮੈਂ ਤਾਂ ਵੀ ਕੋਸ਼ਿਸ਼ ਕਰਦੀ ਹਾਂ, ਚਾਹੇ ਮੈਂ 5 ਮਿੰਟ ਲਈ ਉੱਠਾਂ ਜਾਂ 10 ਮਿੰਟ ਲਈ ਉੱਠਾਂ, ਮੈਂ ਮੂਲ ਮੰਤਰ ਕਰਕੇ ਸੌਂ ਜਾਂ, ਮੂਲ ਮੰਤਰ ਕਰਾਂ। ਅਤੇ ਆਹ ਜਿਹੜਾ ਹੁਣ ਟਾਈਮ ਹੈ ਇਹਦੇ ਵਿੱਚ ਮੈਨੂੰ ਬਹੁਤ ਸਾਰਾ ਟਾਈਮ ਮਿਲਿਆ ਪਾਠ ਕਰਨ ਦਾ। ਮੈਂ ਤੜਕੇ ਜਲਦੀ ਉੱਠਦੀ ਹਾਂ 3 ਵਜੇ, ਉਦੋਂ ਮੈਂ ਪਾਠ ਕਰਦੀ ਹਾਂ, ਔਰ ਰਾਤ ਨੂੰ ਵੀ ਮੈਂ ਜ਼ਰੂਰ ਪਾਠ ਕਰਦੀ ਹਾਂ, ਔਰ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਪਾਠ ਕਰਨਾ ਚਾਹੀਦਾ। ਇਹ ਸਾਡੇ ਸੰਤਾਂ ਦਾ ਡੇਰਾ, ਇੱਥੇ ਮੱਥਾ ਟੇਕਣਾ ਇਹਦਾ, ਪਰ ਹੁਣ ਕਰੋਨਾ ਕਰਕੇ ਮਨਾ ਕੀਤਾ ਹੋਇਆ। ਵੈਸੇ ਸੱਚੀ ਗੱਲ ਦੱਸਾਂ, ਮੈਨੂੰ ਤਾਂ ਵਾਕਈ ਬੜਾ ਮਜ਼ਾ ਆ ਰਿਹਾ ਪਿੰਡ 'ਚ ਰਹਿ ਕੇ, ਸ਼ਾਂਤ ਘੁੰਮੋ ਫਿਰੋ, ਵਧੀਆ ਲੱਗ ਰਿਹਾ ਇੱਥੇ। ਵੈਲ, ਪਿੰਡ ਦੀ ਸੈਰ ਕਰਨ ਤੋਂ ਬਾਅਦ ਮੰਨਤ ਨੇ ਉੱਥੋਂ ਛੱਲੀਆਂ ਤਾਂ ਤੋੜ ਲਈਆਂ ਨੇ, ਤੇ ਛੱਲੀਆਂ ਦੇ ਨਾਲ ਹੁਣ ਉਹਨੂੰ ਭੁੰਨਣਾ ਤਾਂ ਬਾਕੀ ਸੀ। ਛੱਲਾ ਜਿਹਾ ਮੈਂ ਤੂੰ ਛੱਲੀ ਮਿਲ ਗਈ, ਛੱਲੀ ਮਿਲ ਗਈ, ਗਾਣਾ ਬਣ ਗਿਆ। ਹੁਣ ਤੁਸੀਂ ਸੋਚਦੇ ਹੋਣੇ ਕਿ ਮੈਂ ਬੜਾ ਛੱਲੀਆਂ ਦੇਖ ਕੇ ਖੁਸ਼ ਹੋਈ ਜਾਂਦੀ ਹਾਂ, ਸਾਰੇ ਜਣੇ ਕਿ ਹੱਸਦੇ ਆ ਮੇਰੀਆਂ, ਮੈਨੂੰ ਜਦੋਂ ਮੈਂ ਛੱਲੀਆਂ ਦੇਖ ਕੇ ਖੁਸ਼ ਹੁੰਦੀ, ਕਿਉਂਕਿ ਬੰਬੇ 'ਚ ਇੱਦਾਂ ਦੀ ਮਿਲਦੀਆਂ ਨਹੀਂ ਹੈਗੀਆਂ। ਇਹ ਦੇਖੋ ਇਹਨੂੰ ਨਾ, ਜੇ ਤੁਸੀਂ ਇੱਦਾਂ ਕਰਕੇ ਭੋਰੋਗੇ ਤਾਂ ਇਹਦੇ ਦਾਣੇ ਹੱਥਾਂ 'ਚ ਆ ਜਾਂਦੇ ਆ, ਅਤੇ ਬੰਬੇ ਜਿਹੜੀਆਂ ਛੱਲੀਆਂ ਮਿਲਦੀਆਂ ਨਾ ਦੰਦਾਂ 'ਚ ਹੀ ਫਸ ਜਾਂਦੀਆਂ, ਮਾਸਾ ਸਵਾਦ ਨਹੀਂ ਹੈਗੀ ਉੱਥੇ ਦੀ ਛੱਲੀਆਂ। ਉਹਨਾਂ ਜਦੋਂ ਮੈਂ ਜਾ ਕੇ ਕਹਿੰਦੀ ਹਾਂ ਕਿ ਛੱਲੀਆਂ ਖਾਣੇ, ਛੱਲੀਆਂ ਖਾਣੀ, ਹਾਂ ਹਾਂ ਖਾ ਲਓ, ਉਹਨਾਂ ਵਾਸਤੇ ਤਾਂ ਨਵੀਂ ਜੀ ਗੱਲ ਆ, ਮੇਰੇ ਵਾਸਤੇ ਵੱਡੀ ਗੱਲ ਆ ਨਾ ਛੱਲੀ ਖਾਣਾ। ਮੈਂ ਫਿਰ ਪਿੰਡ ਵਾਲੇ ਨੂੰ ਕਹੋ ਹੀ ਸਾਗ ਬਣਾਇਆ, ਉਹ ਕਹੋ ਅੱਛਾ ਜੀ, ਅੱਛਾ ਜੀ। ਅਤੇ ਹੁਣ ਇੱਕ ਸ਼ਹਿਰ ਦਾ ਬੰਦਾ, ਬੰਬੇ ਦਾ ਬੰਦਾ, ਉਹਨੂੰ ਕਹੋਗੇ ਸਾਗ ਬਣਾਇਆ, ਅਤੇ ਰਾਛਾ ਖੇਡ ਜਾਂਦੀ ਹੈ ਨਾ ਪਿੰਡ ਦੀਆਂ ਚੀਜ਼ਾਂ ਦੇਖ ਕੇ, ਗੁੜ ਦੇਖ ਕੇ, ਸ਼ੱਕਰ ਦੇਖ ਕੇ। ਬੰਬੇ 'ਚ ਸਭ ਕੁਛ ਮਿਲਦਾ ਆ, ਪਰ ਇੱਥੇ ਸਭ ਕੁਛ ਘਰ ਦਾ ਆ, ਭਰੇ ਪਏ ਪੀਪੇ ਇਹਨਾਂ ਦੇ, ਮਜ਼ੇ ਆਉਂਦੇ ਇਹਨਾਂ ਨੂੰ, ਅਤੇ ਅਸੀਂ ਉੱਥੇ ਇੰਨੇ ਮਹਿੰਗੀਆਂ ਮਹਿੰਗੀਆਂ ਸ਼ੱਕਰਾਂ ਲੈ ਕੇ, ਗੁੜ ਲੈ ਕੇ ਖਾਂਦੇ ਹਾਂ, ਸਾਡਾ ਮਜ਼ਾਕ ਬਣਾਉਂਦੇ ਅਸੀਂ ਸਾਰੇ ਜਣੇ। ਛੱਲੀ ਖਾਣ ਲੱਗੀ ਮੈਂ ਤਾਂ, ਬਹੁਤ ਸਵਾਦ। ਵੈਸੇ ਨਾ ਆਪਣਾ ਕੰਮ ਆਪ ਕਰਨ ਦੀ ਆਦਤ ਪੈਂਦੀ ਆ, ਨੌਕਰ ਰੱਖ ਲਈਦੇ ਆ, ਜੋ ਕੰਮ ਤੁਸੀਂ ਆਪ ਕਰ ਲੈਣਾ ਕਿਸੇ ਹੋਰ ਨੇ ਥੋੜ੍ਹੀ ਕਰ ਲੈਣਾ, ਹੈ ਨਾ। ਵੱਲ ਕਈ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਐਂਟਰਟੇਨ ਤਾਂ ਮਨਤ ਕਰ ਚੁੱਕੀ ਹੈ, ਲੇਕਿਨ ਘਰ ਦੇ ਵਿੱਚ ਵੀ ਐਂਟਰਟੇਨਮੈਂਟ ਜ਼ਰੂਰ ਹੁੰਦਾ ਹੈ। ਆਪਣੇ ਆਪ ਨੂੰ ਕਿਵੇਂ ਐਂਟਰਟੇਨ ਕਰਦੀ ਹੈ ਮਨਤ, ਉਹ ਉਹਨਾਂ ਨੇ ਕੁਝ ਕਾਮੇਡੀ ਅਤੇ ਕੁਝ ਡਾਂਸ ਦੇ ਰਾਹੀਂ ਸਾਨੂੰ ਦਿਖਾਇਆ। ਲੜਾਈ ਲੜਾਈ 'ਚ ਮੇਰਾ ਘਰ ਵਾਲਾ ਮੈਨੂੰ ਕਹਿੰਦਾ, ਤੂੰ ਨਾ ਕਦੀ ਕਿਤੇ ਸਿੱਧੀ ਗੱਲ ਕਰ ਲਈ। ਪਹਿਲਾਂ ਤਾਂ ਮੈਂ ਸੋਚਿਆ, ਫਿਰ ਮੈਨੂੰ ਯਾਦ ਆਇਆ ਅਤੇ ਮੈਂ ਕਿਹਾ, ਨਾ ਤੇਰੇ ਨਾਲ ਵਿਆਹ ਕਰਕੇ ਪਹਿਲਾਂ ਮੈਂ ਤੈਨੂੰ ਸਿੱਧਾ ਕੀਤਾ, ਫਿਰ ਤੇਰੇ ਸਾਰੇ ਖਾਨਦਾਨ ਨੂੰ ਸਿੱਧਾ ਕੀਤਾ, ਉਹ ਸਿੱਧੇ ਰਾਹ 'ਚ ਹੁਣ ਕੋਈ ਕਸਰ ਬਾਕੀ ਆ? ਸਭ ਤੋਂ ਜ਼ਿਆਦਾ ਕੀ ਮਿਸ ਕਰ ਰਹੀ ਹਾਂ,
ਸਭ ਤੋਂ ਜ਼ਿਆਦਾ ਮੈਂ ਮਿਸ ਕਰ ਰਹੀ ਹਾਂ ਦਕਸ਼ ਨੂੰ, ਕਿਉਂਕਿ ਦਕਸ਼ ਬੰਬੇ 'ਚ ਹੈ ਅਤੇ ਮੈਂ ਉਹਨਾਂ ਰੋਜ਼ ਲੜਦੀ ਸੀ, ਸਾਡੀਆਂ ਬੜੀਆਂ ਲੜਾਈਆਂ ਹੁੰਦੀਆਂ ਸੀ ਅਤੇ ਉਹ ਮੇਰੇ ਪਿੱਛੇ ਪਿੱਛੇ ਫਿਰਦਾ ਸੀ, ਮੈਨੂੰ ਮਨਾਉਂਦਾ ਸੀ, ਉਹ ਬਹੁਤ ਮਿਸ ਕਰਦੀ ਪਈ ਹਾਂ। ਮੇਰੀ ਛੋਟੀ ਸਿਸਟਰ ਵੀ ਉੱਥੇ ਹੀ ਆ, ਮੇਰਾ ਛੋਟਾ ਬ੍ਰਦਰ ਵੀ ਉੱਥੇ ਹੀ ਆ, ਅਤੇ ਜੇ ਆਪਾਂ ਇਕੱਠੇ ਹੁੰਦੇ ਤਾਂ ਆਪਾਂ ਹੁਣ ਤੱਕ ਕਿੰਨੀਆਂ ਲੜਾਈਆਂ ਕਰਨੀਆਂ ਸੀ ਆਪਸ ਦੇ ਵਿੱਚ, ਅਤੇ ਉਹ ਲੜਾਈਆਂ ਬਹੁਤ ਮਿਸ ਕਰਦੀ ਪਈ ਹਾਂ। ਅਤੇ ਮੇਰੀ ਭੈਣ, ਮੇਰਾ ਭਰਾ ਦਕਸ਼ ਸਾਰੇ ਜਣੇ ਉੱਥੇ ਰੈਸਪੀਜ਼ ਨਵੀਆਂ ਨਵੀਆਂ ਬਣਾ ਕੇ ਖਾ ਰਹੇ ਆ, ਮਜ਼ੇ ਕਰ ਰਹੇ ਆ, ਅਤੇ ਮੈਂ ਇੱਥੇ ਬੈਠੀ ਹਾਂ। ਅਤੇ ਮੇਰਾ ਰਿਸ਼ੀ, ਮੇਰਾ ਡਾਂਗੂ, ਮੇਰਾ ਬੱਚਾ, ਮੇਰਾ ਕਾਲੂ ਉੱਥੇ ਹੈਗਾ, ਮੈਂ ਉਹਨੂੰ ਬਹੁਤ ਮਿਸ ਕਰਦੀ ਹਾਂ। ਮੇਰਾ ਪੈਟ ਆ, ਉਹ ਬੜਾ ਪਿਆਰਾ ਆ, ਮੈਂ ਉਹਨੂੰ ਬਹੁਤ ਜ਼ਿਆਦਾ ਮਿਸ ਕਰਦੀ ਹਾਂ, ਅਤੇ ਮੈਨੂੰ ਉਹਨਾਂ ਦੀ ਯਾਦ ਆਉਂਦੀ ਕਦੀ ਕਦੀ। ਵੈਸੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦੀ ਹਾਂ ਅਤੇ ਮੈਂ ਬੜੀ ਪੋਜ਼ੀਟਿਵ ਹਾਂ। ਮੈਂ ਹਮੇਸ਼ਾ ਸੋਚਦੀ ਹਾਂ ਕਿ ਜੋ ਹੋ ਰਿਹਾ ਚੰਗੇ ਲਈ ਹੋ ਰਿਹਾ, ਜੋ ਵੀ ਪਰਮਾਤਮਾ ਕਰ ਰਿਹਾ ਚੰਗੇ ਲਈ ਕਰ ਰਿਹਾ। ਜੇ ਹੁਣ ਇਹ ਵਾਲੀ ਬਿਮਾਰੀ ਆਈ ਆ ਜਾਂ ਇੱਦਾਂ ਦਾ ਟਾਈਮ ਆਇਆ, ਲੋਕਡਾਊਨ ਹੋਇਆ, ਇਹਦਾ ਵੀ ਕੁਛ ਨਾ ਕੁਛ ਚੰਗਾ ਹੋ ਰਿਹਾ ਸਾਡੇ ਲਈ, ਸਾਡੀ ਧਰਤੀ ਦੇ ਲਈ, ਸਾਡੀ ਨੇਚਰ ਦੇ ਲਈ, ਸਾਡੇ ਸਾਰੇ ਜੀਵ ਜੰਤੂਆਂ ਲਈ, ਲਿਵਿੰਗ ਬੀਂਗਸ ਦੇ ਲਈ ਸਭ ਕੁਛ ਚੰਗਾ ਹੋ ਰਿਹਾ, ਤਾਂ ਕਰਕੇ ਪਰਮਾਤਮਾ ਨੇ ਇਹਨਾਂ ਟਾਈਮ ਸਾਰੇ 'ਤੇ ਲੈ ਕੇ ਆਉਂਦਾ। ਮੈਂ ਬਹੁਤ ਜ਼ਿਆਦਾ ਪੋਜ਼ੀਟਿਵ ਹਾਂ ਹਰ ਚੀਜ਼ ਨੂੰ ਲੈ ਕੇ, ਕਿਉਂਕਿ ਕਿਸੇ ਵੀ ਨੈਗੇਟਿਵ ਚੀਜ਼ ਦੇ ਵਿੱਚ ਕੋਈ ਨਾ ਕੋਈ ਪੋਜ਼ੀਟਿਵਿਟੀ ਜ਼ਰੂਰ ਹੁੰਦੀ ਆ। ਅਤੇ ਇਹ ਵੀ ਟਾਈਮ ਜਿਹੜਾ ਹੈਗਾ ਥੋੜ੍ਹਾ ਔਖਾ ਆ, ਬਟ ਚੋਕੇ ਵੀ ਲੰਘ ਗਿਆ, ਵੱਡੇ ਵੱਡੇ ਔਖੇ ਟਾਈਮ ਲੰਘਾਏ ਅਸੀਂ, ਇਹ ਤਾਂ ਕੁਛ ਵੀ ਨਹੀਂ ਹੈਗਾ। ਪਿੰਡ 'ਚ ਵੈਸੇ ਮੈਂ ਐਸ਼ੀ ਕਰਦੀ ਪਈ ਹਾਂ, ਕਿਉਂਕਿ ਕੋਈ ਖਾਸ ਕੰਮ ਤਾਂ ਹੈ ਨਹੀਂ ਗਾ, ਥੋੜ੍ਹਾ ਬਹੁਤਾ ਜਿਹਾ ਕੰਮ ਹੈ, ਵੈਸੇ ਵੀ ਜਿਮ ਜਾਈਦਾ ਨਹੀਂ, ਥੋੜ੍ਹਾ ਬਹੁਤਾ ਕੰਮ ਕਰਕੇ ਐਕਸਰਸਾਈਜ਼ ਹੋ ਜਾਂਦੀ ਆ, ਅਤੇ ਸ਼ਾਮ ਨੂੰ ਖੇਤਾਂ ਨੂੰ ਘੁੰਮਣ ਚਲੇ ਜਾਈਦਾ, ਖੇਤ ਹੈ ਸਾਡੇ ਉੱਥੇ ਚਲੇ ਜਾਈਦਾ, ਉੱਥੇ ਸਾਡੀ ਮੇਰੀਆਂ ਚਾਚੀਆਂ, ਮਾਮੀਆਂ, ਤਾਈਆਂ ਸਾਰੀਆਂ ਹੁੰਦੀਆਂ, ਮੇਰੀਆਂ ਭੂਆਂ, ਅਤੇ ਉਹਨੂੰ ਸਾਰਿਆਂ ਨੂੰ ਮਿਲ ਲਈਦਾ ਰਸਤੇ ਦੇ ਵਿੱਚ, ਅਤੇ ਇੱਧਰ ਉੱਧਰ ਜਿੰਨੇ ਵੀ ਉੱਥੇ ਸਾਡੇ ਸਾਡੇ ਪਿੰਡ 'ਚ ਇੱਕ ਖਾਸੀਅਤ ਹੈ ਕਿ ਸਾਡੇ ਪਿੰਡ ਦਾ ਇੱਕ ਵੀ ਕੰਮ ਆ ਜਿਹੜਾ ਮਜ਼ਦੂਰ ਆ ਉਹ ਯੂਪੀ ਜਾਂ ਬਿਹਾਰ ਨਹੀਂ ਗਿਆ, ਕਿਉਂਕਿ ਪਿੰਡ ਦੇ ਵਿੱਚ ਸਾਰਿਆਂ ਨੂੰ ਹੀ ਕੰਮ ਮਿਲਿਆ ਹੋਇਆ, ਗੋਡੀ ਦਾ, ਖੇਤੀ ਦਾ, ਸਾਰੇ ਕੰਮ ਹੀ ਸਾਰੇ ਕਰਦੇ ਆ, ਕੋਈ ਵੀ ਆਪਣੇ ਯੂਪੀ ਬਿਹਾਰ ਨਹੀਂ ਗਿਆ, ਸਾਰੇ ਇੱਥੇ ਰਹਿੰਦੇ ਆ, ਅਤੇ ਸਾਰੇ ਖੁਸ਼ ਹੈਗੇ ਕਿਉਂਕਿ ਪਿੰਡ ਵਾਲੇ ਇਹਨਾਂ ਦੀ ਬਹੁਤ ਸੇਵਾ ਕਰਦੇ ਆ, ਇਹਨਾਂ ਦੀ ਹੈਲਪ ਕਰਦੇ ਆ, ਪੈਸੇ ਦਿੰਦੇ ਆ, ਇਹਨਾਂ ਦਾ ਰਾਸ਼ਨ ਪਾਣੀ ਦਾ ਵੀ ਇੰਤਜ਼ਾਮ ਕਰਦੇ ਆ, ਉਹਨਾਂ ਨੂੰ ਰਹਿਣ ਦੇ ਲਈ ਵੀ ਘਰ ਦਿੱਤੇ ਹੋਏ ਆਪਣੇ, ਅਤੇ ਸਾਰੇ ਖੇਤਾਂ 'ਚ ਵੀ ਕਈ ਕਿੰਨੇ ਵੀ ਕੰਮ ਹੈ ਨਾ, ਉਹ ਸਾਰੇ ਖੇਤਾਂ 'ਚ ਰਹਿੰਦੇ ਆ, ਅਤੇ ਮੈਂ ਜਦੋਂ ਵੀ ਖੇਤਾਂ ਵਾਲੇ ਪਾਸੇ ਜਾਂਦੀ ਘੁੰਮਣ ਲਈ, ਅਤੇ ਮੈਂ ਉਹਨਾਂ ਸਾਰਿਆਂ ਨੂੰ ਮਿਲ ਕੇ ਆਉਂਦੀ, ਛੋਟੇ ਛੋਟੇ ਬੱਚੇ ਆ, ਅਤੇ ਬੜਾ ਮਜ਼ਾ ਆਉਂਦਾ ਕਿਉਂਕਿ ਇੰਨੇ ਪਿਆਰੇ ਪਿਆਰੇ ਜਿਹੇ ਬੱਚੇ, ਇਹ ਸਾਰੇ ਜਣੇ ਨੇ ਇੰਨੇ ਮਿਹਨਤੀ ਲੋਕ ਹੈਗੇ ਸਾਰੇ, ਅਤੇ ਮਜ਼ਾ ਆ ਰਿਹਾ ਵੈਸੇ ਮੈਨੂੰ। ਵੈਲ ਮੰਨਤ ਸਿੰਘ ਦੀ ਪੂਰੇ ਦਿਨ ਦੀ ਰੂਟੀਨ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਕੁਝ ਘੱਟ ਰਿਸੋਰਸਿਸ ਦੇ ਵਿੱਚ ਪਿੰਡ ਦੇ ਵਿੱਚ ਰਹਿ ਕੇ ਵੀ ਬਹੁਤ ਚੰਗਾ ਟਾਈਮ ਅਸੀਂ ਸਪੈਂਡ ਕਰ ਸਕਦੇ ਹਾਂ ਅਤੇ ਪੋਜ਼ਿਟਿਵ ਰਹਿ ਸਕਦੇ ਹਾਂ।